ਅੱਜ ਤੁਹਾਨੂੰ ਅਸੀਂ ਹੈਲਦੀ ਨੂਡਲ ਖਵਾਵਾਂਗੇ ਜੀ, ਦੇਸੀ ਘਿਓ ਵਾਲੇ। ਉਹਦੇ ਵਿੱਚ ਕੱਲਾ ਦੇਸੀ ਘਿਓ ਹੀ ਨਹੀਂ ਪਏਗਾ, ਪਾਣ ਤੁਹਾਡੇ ਅੱਗੇ ਜਿਹੜਾ ਸਾਰਾ ਪਿਆ ਸਾਰਾ ਹੀ ਵਿੱਚ ਜਾਏਗਾ। ਸਭ ਤੋਂ ਪਹਿਲਾਂ ਆਪਣਾ ਆਏਗਾ ਜੀ ਦੇਸੀ ਘਿਓ ਅਮੂਲ ਦਾ ਜੀ। ਇਹਦੇ ਥੋੜ੍ਹਾ ਮੈਲਟ ਕਰਾਂਗੇ ਆਪਣੀ ਚਿੱਲੀ, ਅਦਰਕ, ਬਰੋਕਲੀ, ਪਿਆਜ, ਮਸ਼ਰੂਮ, ਪਨੀਰ, ਗਾਜਰ, ਸ਼ਿਮਲਾ ਮਿਰਚ ਫੋਰਨ ਜਾਣਗੇ, ਸੋਇਆ। ਇਹਦੇ ਵਿੱਚ ਜਿੰਨੀਆਂ ਸਬਜ਼ੀਆਂ ਗਈਆਂ ਜੀ, ਇਸ ਤੋਂ ਨਿਊਡਲ ਜਿਹੜੇ ਆ ਘੱਟ ਪੈਣਗੇ। ਇੱਕ ਨੰਬਰ ਕੁਆਲਿਟੀ ਦੇ ਬਰੀਕ ਵਾਲੇ ਨੂਡਲ ਹੈ ਜਿਹੜੇ ਰੈਸਟੋਰੈਂਟ ਦੇ ਵੱਡੇ ਵੱਡੇ ਰੈਸਟੋਰੈਂਟ ਦੇ ਵਿੱਚ ਯੂਜ਼ ਹੁੰਦੇ। ਨਮਕ ਹਲਕਾ ਜਿਹਾ, ਸਿਰਕਾ, ਸੋਇਆ ਸੌਸ ਜਿਹੜੀ ਉਹ ਵੀ ਥੋੜ੍ਹੀ ਜੀ ਰੱਖ ਸਕਦੇ ਹੋ। ਰੰਗ ਵੀ ਬਹੁਤ ਸੋਹਣਾ ਆ ਗਿਆ ਅਤੇ ਖੁਸ਼ਬੂ ਦੇਖੋ ਕਿੰਨੀ ਉੱਖੜ ਕੇ ਆ ਰਹੀ ਹੈ ਬਾਹਰ। ਅੱਠੇ ਮਿੰਟੇ ਸੇਕ 'ਤੇ ਪਕਾਉਣਾ ਆ, ਚਾਈਨੀਜ਼ ਸਾਹਿਬ ਪਰ ਕਾਹਲੀ ਨਹੀਂ ਕਰਨੀ, ਕੋਈ ਸਮਾਨ ਯੂਜ਼ ਹੁੰਦਾ ਇੱਥੇ ਸਾਰਾ ਡਿਸਪੋਜ਼ਬਲ ਹੈ ਜੀ। ਸਾਡੇ ਪੀਨਟ ਅਤੇ ਹਾਲੇ ਚੀਜ਼ ਦੀ ਬਾਰਿਸ਼ ਹੋਣੀ ਜੀ ਪਨੀਰ ਦੀ। ਕਿਆ ਬਾਤ ਹੈ, ਇਹ ਪਲੇਟ ਆਪਣੀ ਤਿਆਰ ਜੀ। ਓਕੇ ਜੀ, ਇਹ ਕਿੰਨੇ ਦੀ ਹੈ ਜੀ? ਇਹ ਭਾਜੀ ਹਾਫ ਪਲੇਟ ਹੈ ਜੀ, ਜੀ ਜਿਹੜਾ ਇੰਨਾ ਮਟੀਰੀਅਲ ਹੈ ਹਾਫ ਹੈ। ਓਕੇ, ਹਾਫ ਪਲੇਟ ਦਾ ਪ੍ਰਾਈਜ਼ ਹੈ 60 ਰੁਪਏ। ਓਕੇ ਜੀ, ਫੁੱਲ ਦਾ ਪ੍ਰਾਈਜ਼ ਹੈ 120 ਰੁਪਏ। ਇਹ ਆਉਣਾ ਪੈਣਾ ਜੀ ਛਾਟੇ ਦੇ ਵਿੱਚ, ਗੁਰਦੁਆਰਾ ਸ਼੍ਰੀ ਛਾਟਾ ਸਾਹਿਬ ਹੈ ਜੀ, ਜੀ ਉਹਦੇ ਬਿਲਕੁਲ ਓਪੋਜਿਟ ਹੈ। ਸਰਦਾਰ ਜੀ ਵੈਜ ਚਾਂਪ ਐਂਡ ਮੋਮੋਸ।